ਪਿੱਛੇ ਸਾਡੇ ਨਾ ਪਿੰਡ ਚ ਵਿਆਹ ਹੋਇਆ, ਕੁੜੀ ਨੇ ਪਹਿਲੀ ਲਾਮ ਲਈ ਆ, ਦੂਜੀ ਲਾਮ ਤੇ ਡਿੱਗ ਗਈ। ਕੁੜੀ ਫੇਰੇ ਲੈਂਦੇ ਲੈਂਦੇ ਡਿੱਗ ਪਈ? ਡਿੱਗ ਗਈ। ਉਹ ਕਿਉਂ? ਉਹਦਾ ਨੈੱਟ ਪੈ ਕੇ ਖਤਮ ਹੋ ਗਿਆ। ਤੇ ਮੁੰਡੇ ਵਾਲੇ ਤਕੜੇ ਹੋਣੇ, ਹੌਟਸਪੋਟ ਚਲਾ ਕੇ ਲੈ ਗਏ ਹੋਣੇ। ਲੈ ਗਏ ਲੈ ਗਏ। ਤਾਲੀਆਂ ਵਜਾ ਦੋ, ਕੁੜੀ ਨੂੰ ਕੌਣ ਛੱਡ ਦੇਵੇ? ਤੱਤੀ ਤੱਤੀ ਤਾਲੀ ਵਜਾ ਦਿਓ ਇੱਕ ਵਾਰੀ। ਕਿਆ ਬਾਈ ਜੀ, ਅੱਜ ਤੁਹਾਨੂੰ ਉਹ ਡਰਾਮਾ ਦਿਖਾਉਣ ਲੱਗੇ ਆ ਜਿਹੜਾ ਅਸੀਂ ਜਨਵਰੀ ਫਰਵਰੀ ਚ ਕੈਨੇਡਾ ਕਰਕੇ ਆਏ ਸੀਗੇ। ਉਹ ਤੇ ਛੋਟੀਆਂ ਛੋਟੀਆਂ ਝਲਕੀਆਂ। ਭੋਟੂ ਸ਼ਾਹ ਜੀ ਚੱਲੇ ਫੌਰਨ ਤੇ ਬਾਬਾ ਜੀ ਦੇ ਦਰਬਾਰ ਤੇ ਅੱਜ ਅਸੀਂ ਆਸ਼ੀਰਵਾਦ ਵੀ ਲੈਣਾ ਆ, ਕਿਉਂਕਿ ਅਗਲਾ ਪਲੇ ਜਿਹੜਾ ਕੈਨੇਡਾ ਵਿੱਚ ਜੂਨ ਵਿੱਚ ਹੋਣ ਜਾ ਰਿਹਾ, ਉਹਦੇ ਵਿੱਚੋਂ ਵੀ ਛੋਟੀਆਂ ਛੋਟੀਆਂ ਤੁਹਾਨੂੰ ਸਕਿੱਟਾਂ ਝਲਕੀਆਂ ਵਿਖਾਉਣੀਆਂ। ਹੈਲੋ ਬਾਈ ਜੀ, ਕੈਰੀ ਔਨ ਭੋਟੂ ਸ਼ਾਹ ਦਾ ਪਲੇ, ਉਹਦੇ ਨਾਂ ਤੇ ਵੀ ਤਾਲੀਆਂ ਵਜਾ ਦਿਓ ਜੀ। ਹਾਂ ਚਾਹ ਬਾਜੀ, ਆਹ ਤਾਲੀਆਂ ਵਜਾ ਦਿਓ। ਕੀ ਗੱਲ, ਸਲਾਬੀਆਂ ਜਿਹੀਆਂ ਤਾਲੀਆਂ ਆਉਣ ਡੀਆਂ ਆ। ਆ ਜਿਉਂਦੇ ਰਹੋ, ਵੱਸਦੇ ਰਹੋ। ਆ ਪਿੱਛੇ ਜਿੰਨਾ ਪੰਡਾਲ ਖਾਲੀ ਆ, ਵੀ ਸਾਰਿਆਂ ਨੂੰ ਬੇਨਤੀ ਆ ਬਾਬਾ ਚੂਪਨੀ ਵੱਲੋਂ, ਆ ਕੇ ਬਹਿ ਜਾਓ। ਵੀ ਇਸ ਤੋਂ ਬਾਅਦ ਭੋਟੂ ਸ਼ਾਹ ਨੇ ਆ ਜਾਣਾ ਆ ਤੇ ਆਪਾਂ ਫਿਰ ਗੱਲਾਂ ਬਾਤਾਂ ਸ਼ੁਰੂ ਕਰ ਦਿੰਦੀਆਂ ਉਹੀ। ਆ ਮੈਂ ਕਿਹਾ ਗੱਲ ਸੁਣਾ, ਆ ਇੱਧਰ ਆ ਜਾ ਹੁਣ। ਆ ਲਓ ਜੀ, ਇਹ ਆ ਮੇਰੀ ਨੂੰਹ ਭੋਟੂ ਸ਼ਾਹ ਦੀ ਘਰ ਵਾਲੀ ਕਹਿ ਲਓ ਡਰਾਮੇ ਵਿੱਚ, ਤੇ ਮੈਂ ਹੈਗਾ ਬਾਬਾ ਚੂਪਨੀ ਚਾਹ ਪੀਣਾ ਢਿੱਡ ਫੂਕਣੀ, ਤੇ ਐਸੇ ਕਲੈਰੀ ਗਈ ਆ ਮੇਰੀ ਨੂੰਹ, ਮੈਨੂੰ ਤੱਤੀ ਤੱਤੀ ਚਾਹ ਹੀ ਨਹੀਂ ਦਿੰਦੀ। ਨਾ ਬਾਪੂ, ਹੋਰ ਕਿੰਨੀ ਕੁ ਤੱਤੀ ਤੱਤੀ ਚਾਹ ਦੇ ਦਿਆਂ। ਹਾਂ ਇਹ ਕਰੀ, ਜਦੋਂ ਚਾਹ ਨੂੰ ਉਬਾਲਾ ਆਵੇ ਨਾ, ਅੱਛਾ ਕੱਪੜੇ ਖੋਲੀ ਤੇ ਵਿੱਚ ਨਾ ਛਾਲ ਮਾਰ ਦੇਵੀ। ਸ਼ਾਬਾਸ਼ੀ, ਮੈਂ ਕੱਪੜੇ ਲਾ ਕੇ ਵਿੱਚ ਛਾਲ ਮਾਰ ਦਿਆਂ ਪਤੀਲੇ ਦੇ, ਮੇਰੇ ਸਾਰੇ ਪਿੰਡੇ ਨੂੰ ਪੱਤੀ ਚਿੰਬੜ ਜਾਵੇ। ਆ ਦੁਨੀਆ ਕਵੇ ਸਾਰੀ ਦੁਨੀਆ ਨੂੰ ਲਾਲ ਪਿੱਤ ਨਿਕਲਦੀ ਆ, ਪਹਿਲੇ ਬਾਬਾ ਜੀ ਨੂੰ ਕਾਲੀ ਪਿੱਤ ਨਿਕਲੀ ਆ। ਬਾਪੂ ਜੀ, ਹਾਂ ਤਾਲੀਆਂ ਬਜਾ ਲੈਂਦੇ ਆ ਕਰ, ਮਰ ਤੂੰ ਗੱਲ ਸੁਣ ਲਿਆ ਜਾ ਕਰ ਉਹਨਾਂ ਦੀ ਵੀ ਵਿੱਚ। ਚਾਹ ਬਜ ਬਜਾ ਦਿਓ ਤਾਲੀਆਂ। ਮੈਂ ਤਾਂ ਕਹਿੰਦੀ ਆ ਬਾਪੂ ਜੀ, ਤੁਹਾਨੂੰ ਨਾ ਕਾਲਾ ਪੀ ਲਿਆ ਹੋਵੇ। ਹਾਂ ਤੂੰ ਤਾਂ ਮੈਨੂੰ ਮਾਰਨਾ ਚਾਹੁੰਦੀ ਆ, ਪਰ ਮੈਂ ਬੜੀ ਸਖਤ ਜਾਣੀ ਆ, ਮੈਂ ਨਹੀਂ ਮਰਨ ਵਾਲਾ। ਨਾ ਤੁਸੀਂ ਕਿਉਂ ਨਹੀਂ ਮਰਨ ਵਾਲੇ? ਲੈ ਮੈਂ ਤੈਨੂੰ ਦੱਸਾਂ, ਮੈਂ ਬੜੀ ਸਖਤ ਜਾਣੀ ਆ। ਕਿਵੇਂ ਸਖਤ ਜਾਣਾ ਦੱਸੋ। ਇੱਕ ਵਾਰੀ ਮੇਰੇ ਉੱਤੋਂ ਰੇਲ ਗੱਡੀ ਲੰਘ ਗਈ। ਅੱਛਾ। ਮੈਂ ਫੇਰ ਵੀ ਨਹੀਂ ਸੀ ਮਰਿਆ। ਬਾਪੂ ਫੇਰ ਕਿਉਂ ਨਹੀਂ ਮਰਿਆ? ਮੈਂ ਪੁੱਲ ਥੱਲੇ ਬੈਠਾ ਆ ਸੀ, ਗੱਲਾਂ ਤੇ ਕਿਉਂ ਨਹੀਂ ਮਰਿਆ। ਉਹ ਜਦੋਂ ਜਹਾਜ਼ ਲੰਘਿਆ, ਜਹਾਜ਼ ਉੱਤੇ ਮੈਂ ਥੱਲੇ ਸੀ, ਤੇਰਾ ਕੀ ਖਿਆਲ ਬਾਬੇ ਹੋਣੀ ਰਨਵੇ ਤੇ ਸੁੱਤੇ ਸੀ, ਗੱਲਾਂ ਕਰਦੀ ਆ। ਹੋਰ ਦੱਸ। ਓ ਬਾਪੂ ਜੀ, ਐਦਾਂ ਗੱਲਾਂ ਨਹੀਂ ਕਰੀਦੀਆਂ। ਚਾਹ ਕਿੱਥੋਂ ਬਣਾ ਕੇ ਦਵਾਂ ਤੁਹਾਨੂੰ? ਚਾਹ ਕਿੱਥੋਂ ਬਣਾ ਕੇ ਦੇਵਾਂ? ਚਾਹ ਤੱਤੀ ਤੱਤੀ ਚਾਹ ਦਾ ਕੱਪ ਲੈ ਕੇ ਆ। ਘਰ ਵਿੱਚ ਨਾ ਖੰਡ ਦਾ ਇੱਕ ਦਾਣਾ ਨਹੀਂ। ਆ ਕੀ ਬਕਵਾਸ ਕਰਦੀ ਆ? ਆ ਪਿਛਲੇ ਮਹੀਨੇ ਤੈਨੂੰ ਪਾਈਆ ਖੰਡ ਲਿਆ ਕੇ ਦਿੱਤੀ ਆ, ਉਹਦੇ ਕੀ ਆਪਣੇ ਪੇਕਿਆਂ ਨੂੰ ਛਪੀਲ ਘੋਲ ਕੇ ਪਲਾ ਛੱਡੀ ਆ? ਪਾਈਆ ਖੰਡ ਸੀ, ਕੋਈ ਸ਼ੂਗਰ ਮਿਲ ਨਹੀਂ ਖੋਲ ਦਿੱਤੀ ਸੀ ਤੇਰੇ ਮੁੰਡੇ ਨੇ। ਔਰ ਤੈਨੂੰ ਸ਼ੂਗਰ ਮਿਲ ਵੀ ਖੋਲ ਦੇਵੇ ਮੇਰਾ ਪੁੱਤ, ਤੂੰ ਵੀ ਉਹ ਵੀ ਘੋਲ ਕੇ ਆਪਣੇ ਪੇਕਿਆਂ ਨੂੰ ਪਲਾ ਦੇਣੀ ਆ। ਮੇਰੇ ਪੇਕੇ ਨਾ ਥੁੱਕਦੇ ਨਹੀਂ ਤੁਹਾਡੀ ਇਹੋ ਜੀ ਖੰਡ ਤੇ। ਅੱਛਾ, ਥੁੱਕਣ ਦੇ ਦੇ ਬੜੀ ਐਡੀ ਮਹਿੰਗੀ ਖੰਡ ਤੇ, ਤੇ ਫੇ ਪਲਾਓ ਆਪਣੇ ਬੇਲੇ ਮੁੰਡੇ ਨੂੰ। ਪਲਾਓ ਬੇਲੇ ਮੁੰਡੇ ਨੂੰ? ਆ ਪਹਿਲੋ ਇੱਧਰ ਤੇ ਗੱਲਾਂ ਕਰ ਲਓ। ਅੱਜ ਇੱਕ ਕਿੰਨੀ ਸੋਹਣੀ ਦੁਨੀਆ ਬੈਠੀ, ਪੈਸੇ ਮੈਨੂੰ ਤਾਂ ਆਮ ਦੁਨੀਆ ਪੁੱਛਦੀ ਹੁੰਦੀ ਆ, ਕਹਿੰਦੇ ਵੀ ਬਾਬਾ ਜੀ ਤੁਹਾਨੂੰ ਕਮੇਡੀ ਕਿੱਥੋਂ ਮਿਲਦੀ ਆ? ਕਿੱਥੋਂ ਮਿਲਦੀ ਆ? ਮੈਂ ਕਿਹਾ ਜੀ ਆ ਜਿਹੜੇ ਮੀਆਂ ਬੀਬੀ ਨਾ, ਹਸਬੈਂਡ ਵਾਈਫ, ਸਭ ਤੋਂ ਜ਼ਿਆਦਾ ਕਮੇਡੀ ਇਹਨਾਂ ਤੋਂ ਲੱਭਦੀ ਆ। ਕਿਤੇ ਤੁਸੀਂ ਦੇਖ ਲਓ, ਕਿਤੇ ਤੁਸੀਂ ਦੇਖ ਲਓ, ਇੱਕ ਜਨਾਨੀ ਇੱਕ ਬੰਦੇ ਨਾਲ ਲੜਦੀ ਪਈ ਆ, ਪੱਕਾ ਪਤਾ ਲੱਗ ਜਾਣਾ ਉਹ ਕੌਣ ਆ। ਪਤਾ ਲੱਗ ਜਾਂਦਾ ਉਹਦੀ ਘਰ ਵਾਲੀ ਆ, ਜੇ ਹੱਸਦੀ ਪਈ ਆ ਵੀ ਹੈਗੀ ਤਾਂ ਘਰ ਵਾਲੀ, ਪਰ ਉਹਦੀ ਨਹੀਂ ਹੈਗੀ। ਆਪਣੀ ਜਨਾਨੀ ਨਾਲ ਤਾਂ ਬੰਦਾ ਹੱਸ ਕੇ ਗੱਲ ਹੀ ਨਹੀਂ ਕਰਦਾ। ਧਿਆਨ ਨਾਲ ਰੱਖੋਗੇ ਤਾਂ ਸਾਰੀ ਜ਼ਿੰਦਗੀ ਹੱਸੋਗੇ। ਹਾਂ ਪਤਾ ਕੀ, ਘਰ ਵਾਲੀ ਨੂੰ ਖੁਸ਼ ਰੱਖੀਦਾ ਨਾ, ਉਹਨੂੰ ਘੁਮਾਣ ਫਰਾਣ ਲੈ ਕੇ ਜਾਈਦਾ ਹੁੰਦਾ ਆ। ਘੁਮਾਣ ਫਰਾਣ ਜਾਈਦਾ ਹੁੰਦਾ, ਇਹ ਗੱਲਾਂ ਆਪਣੇ ਘਰ ਵਾਲੇ ਨਾਲ ਕਰਿਆ ਕਰ, ਤੈਨੂੰ ਮੈਂ ਦੱਸਾਂ। ਹਾਂ ਬੁਲਾਓ ਫਿਰ ਉਹਨੂੰ, ਕਿੱਥੇ ਆ ਉਹ? ਓਏ ਪੋਸਤੀਆ, ਆ ਲੈ ਆ ਗਿਆ ਪੋਟੂ ਸ਼ਾਹ, ਬਜਾ ਦਿਓ ਤਾਲੀਆਂ। ਆ ਲੈ ਆ ਜਾਓ ਜੀ, ਆ ਲੈ ਫੜੇ ਮਾਈਕ, ਇਹਨਾਂ ਗੱਲ ਕਰ ਪਹਿਲਾਂ। ਥੈਂਕ ਯੂ ਜੀ। ਪਹਿਲਾਂ ਪ੍ਰਬੰਧਕ ਕਮੇਟੀ ਵਾਸਤੇ ਤਾਲੀਆਂ ਵਜਾ ਦਿਓ, ਜਿਨ੍ਹਾਂ ਦੀ ਬਦੌਲਤ ਹਰ ਸਾਲ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਦਾ। ਸਾਡੇ ਰਕੇਸ਼ ਸੂਰੀ ਸਾਹਿਬ ਔਰ ਸਾਡੇ ਨੰਨੂ ਜੀ ਔਰ ਸ਼ਿਵ ਕੁਮਾਰ ਸੂਦ ਸਾਹਿਬ, ਮੇਅਰ ਸਾਹਿਬ ਸਾਡੇ ਬਹੁਤ ਜ਼ਿਆਦਾ ਪਿਆਰ ਕਰਦੇ ਕਲਾਕਾਰਾਂ ਦੇ ਨਾਲ, ਔਰ ਸਾਡੇ ਸ਼ਕਤੀ ਸ਼ਰਮਾ ਜੀ,
सारी टीम और तीक्षण सूद साहब सबका कैबिनेट मंत्री पंजाब सारियां दा असीं सत्कार करदे हां। कलाकार बदल जाते हैं, पोटू शाह हर साल उही रहिंदा। थोड़ी ब्रदर साउंड कितों ऑपरेट हो रही है, थोड़ी रिपीट घटा दिओ, किधर इधर, हाँ थोड़ी जी रिपीट घटा दिओ। हैलो हैलो, हाँ जी ठीक है, आवाज़ आनी पिछे तक, हाथ खड़ा करके मारो तालियां फिर तुहाडा प्यार, थैंक यू। आओ बीपी जी शुरू करिए आप। हाँ जी पोटू शाह जी, बापू इतने रही जाई ना, ना जाई ना तू ना, मैं कितने जाना हजे इतने बापू इतने तमाशा देखता अपना, आ जाओ। मैं क्या पोटू शाह जी, मैंने साउंड वाला कहता पोटू शाह स्टैंड ले ला, मैं क्या मैं कदे जिंदगी स्टैंड नहीं लिया, हूं की लेना, हूं तो टाइम बड़ा हो गया। आओ पोटू शाह जी, गल्ला बड़िया मारी जाने हो, मेला बहुत खचा खच भरिया होया है, हर साल भरदा बाबियां दी कृपा, बसाखी दा मेला है, ते मैं एक शुरुआत नवी करना चाहनी हां। करो, सबनु पता लग गया मैं पढ़ी लिखी हां। हां ठीक है, पढ़ी लिखी हां तू, लेडीज एंड लेडर्स, तेरा ब्याज है बेड़ा, लेडीज एंड जेंटलमैन हुंदा है, लेडर्स की होया, ओहो सॉरी सॉरी गलती लग गई, हां करो, लेडीज एंड जेंटलमैन, तैनू काले कुत्ते पैण, आई वड्डी कॉर्बी दी पैण, हैं कॉर्बी, तू मेनू कॉर्बी गया, हैं मैं भी गान लग जाना, कोई नहीं गाओ गाओ, सारे ने गाउणा, कलविंदर बिल्ले दा म्यूजिकल परिवार आ गया, उन्हें भी गाउणा ही आ, गाना गावा, गाओ, जेड़ा तेरे पीछे मारदा सी गेड़िया मैं कल्ला कल्ला ठोकदा रिया, इनू मैं पता किवें गाउणा, किवें, असी तेरे पिछे मारदे सी गेड़ियां नी कुत्ता तेरा भौंकदा रिया, कुत्तियां नू ज्यादा पहचान हुंदी बंदा आया कौन है, एक नवा गाना आया होने, केड़ा केड़ा गाना आया, वो हैगा या रात दी गेड़ी गल रिस्क दी तांग छिड़ी है तेरे इश्क दी, मैं पता किवें बनाया, किवें, सूद साहब परसों जो मीह पिया ते साडी माता तिलक के डिग पई, मैं गाना बनाता सूरी साहब, मी पिया बिजली लिशक गई माई साड़ी पौड़िया तो खिसक गई, मी पिया बिजली लिशक गई बेबे साड़ी पौड़िया तो खिसक गई, ओ बेबे चीका पई मारे जोड़ हिल गया सारे, आई प्रॉब्लम डिस्क दी माई साड़ी पौड़िया तो खिसक गई, तालियां माड़िया होंदिया बजाई दी नहीं होंदिया, शारपुर वाले वधिया स्रोते हैं, आपे बजा लिया करो। वैसे पोटू शाह जी, आप पिछे ये सोशल साइट्स ते वैसे भी अखबारा वगैरह विच बड़ा चर्चा चलिया कि अब गुत्ता कट्टण वाली कोई चड़ेल आ गई, सुनिया किसे रे, हां चड़ेल कहंदे गुत्ता कत्ता कटदी, पिछे रौला पिया सी कोई, सूसा पिया ही ना, चड़ेल कहंदे गुत्ता कत्ता कट के भज जांदी है, ते फिर मैनू दसो तुसी तां हर मसले ते कुछ प्रोडी बना दिंदे आ, बिल्कुल इस मसले ते कोई प्रोडी बनाई, बनाई बिल्कुल, आ कुड़ी कितें पिंड च रहिंदी आ ते मुंडा रहिंदा शहर लुधियाने, मुंडा कुड़ी नूं कहिंदा मेरे कोल गेड़ा मार जाओ, कहिंदी साडे पिंड चड़ेल गुत्ता कढ़दी, मैं किवें आवां, फिर ते कुड़ी गा के पता किवें कहिंदी आ, किवें, लम्मे लम्मे बाल जड़ों पटते आ कई करके सिरां तों गंजे रखते आ, तुरे जांदियां दी टिंड हो गई आ, लीखां जूआं दे घरों पोते नचदे आ, बापू हैलमेट पा के साडा मच्छां चारदा, पिंड च चड़ेल साडे गुत्तां कट्टदी, तू आखदा ही लुधियाने गेड़ा मार जा, खिच के बजा दे करो तालियां यार, लेट हो जाने हैं, हुण तां वैदर थोड़ा चेंज हो रहा, हाँ जी आओ, मैं क्या पोटू शाह जी, इंटरनेट दा जोग है, इंटरनेट दा बिल्कुल जोग है जी, ए वैसे इंटरनेट नु आपां हिंदी पंजाबी च की कह सकदे आ, इंटरनेट दा मतलब हुंदा महाजाल, महाजाल, सलमान खान जेल चो बाहर आ सकदा पर बंदा इंटरनेट च फसिया बाहर नहीं आ सकदा, मैं अपने भतीजे नु कहा 24 घंटे फोन चलांदा, मैं कहा सूद साहब नु कहा, मैं कहा बेटा दुनिया होर भी बसदी आ, कहिंदा चाचा जी लिंक सेंड करो मैं देख लैना, तुहानू दसण दी लोड़ नहीं हैगी, सारी दुनिया इंटरनेट दे, आ हुण कितें मोबाइल आपां ठीक कराणा दे आई ना तां डर लगा रहिंदा जिवें रिश्तेदार कोई ICU च पिया होया, ते फटाफट जा के लै के आईए उहनूं, ओ पोटू शाह तूं तां मोबाइलां दी गल करदा घर दी गल करदा, अज कल तां पता नहीं माहौल ही इदां दा हो गया कि इंटरनेट तों बगैर कुछ कम ही नहीं चलदा, आउण वाले टाइम च पता की होया करना, की होया करना, बंदे इंटरनेट नाल पूरी तरह जुड़ जाणे आ, अच्छा गल्लां पता किवें होणियां, किवें, गुआंढ ने कहणा भैण जी आ जिहड़ी गुआंढियां दी नूंह आ ना इह पूरी 4G आ, मैं कहना टच ओदा पानी वांगू चलदा जी, सारे ऐप जिहड़े ने डाउनलोड कीते होए आ, ऐदां गल्लां होणियां वा, ओए गल्लां छड्ड, आ पिछे साडे ना पिंड च विआह होया, कुड़ी ने पहली लाम लई आ, दूजी लाम ते डिग गई, कुड़ी फेरे लैंदे लैंदे डिग पई, डिग गई, ओ क्यों, ओदा नेट पै के खत्म हो गया, ते मुंडे वाले तकड़े होणे हॉटस्पॉट चला के लै गए होणे, लै गए लै गए, तालियां वजा दो, कुड़ी नूं कौण छड्डदा वे, आओ मैं कहा पोटू शाह जी इंटरनेट
ਇੰਟਰਨੈਟ ਤੇ ਗਾਣੇ ਵੀ ਬਹੁਤ ਵਧੀਆ ਵਧੀਆ ਆ ਗਏ ਆ। ਗਾਣੇ ਵੀ ਆ ਗਏ ਗਾ ਤਰੀ ਪਤਾ ਭੈਣ ਜੀ ਸਾਡੀ ਕੁੜੀ ਦਾ ਵਿਆਹ ਹੀ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਹੈਂਗ ਬਹੁਤ ਹੁੰਦੀ ਆ। ਪਰਸੋਂ ਰੋਟੀ ਪਕਾਉਂਦੀ ਪਕਾਉਂਦੀ ਹੈਂਗ ਹੋ ਗਈ, ਤਵੇ ਤੇ ਹੱਥ ਰਹਿ ਗਿਆ। ਐਦਾਂ ਗੱਲਾਂ ਹੋਇਆ ਕਰਨੀਆਂ? ਓਹੋ ਇਹ ਤਾਂ ਚਲੋ ਇੰਟਰਨੈਟ ਦੇ, ਮੈਂ ਤੁਹਾਨੂੰ ਦੱਸਾਂ। ਹੋਰ ਸੋਹਣੇ ਆ ਸਾਡੀ ਜੀ ਗੁਆਂਢਣ ਕੁੜੀ ਵਿਆਹ ਕੇ ਆਈ ਆ। ਅੱਛਾ ਤੇ ਦਾਜ ਕਿੰਨਾ ਕੁ ਦਿੱਤਾ? ਸੂ ਸਾਹਿਬ ਏਦਾਂ ਗੱਲਾਂ ਹੋਣੀਆਂ, ਦਾਜ ਕਿੰਨਾ ਕੁ ਦਿੱਤਾ? ਕਿੰਨਾ ਕੁ ਦਿੱਤਾ? ਆ ਜੀ ਮੁੰਡੇ ਵਾਲੇ ਤਾਂ ਇੰਟਰਨੈਟ ਵਾਈਫਾਈ ਮੰਗਦੇ ਸੀ। ਅੱਛਾ ਕੁੜੀ ਵਾਲੇ ਗਰੀਬ ਸੀ ਵਿਚਾਰੇ ਨੇ ਡੋਂਗਲ ਦੇ ਕੇ ਤੋਰ ਦਿੱਤੀ। ਤਾਲੀਆਂ ਵਜਾਓ ਖਿੱਚ ਕੇ, ਇਹ ਸਾਰਾ ਮਾਹੌਲ ਹੋ ਜਾਣਾ ਆਉਣ ਵਾਲੇ ਟਾਈਮ 'ਚ। ਦੇਖੋ ਜੀ ਵਿਆਹਾਂ ਦੇ ਵਿੱਚ ਬੋਲੀਆਂ ਬਹੁਤ ਪੈਂਦੀਆਂ ਨੇ। ਮੈਂ ਕਿਹਾ ਬੋਲੀਆਂ ਵੀ ਦੇਖੀਆਂ, ਅੱਜ ਡੀਜੇ ਵੱਜਦਾ ਨਾ ਗਾਣੇ ਵੱਜਦੇ ਆ, ਆਉਣ ਵਾਲੇ ਟਾਈਮ ਦੇ ਵਿੱਚ ਬੋਲੀਆਂ ਵੀ ਇੰਟਰਨੈਟ ਦੀਆਂ ਵੱਜਿਆ ਕਰਨੀਆਂ। ਮੈਂ ਸੁਣਾਵਾਂ ਬੋਲੀਆਂ? ਸੁਣਾਓ। ਬਾਰੀ ਵਰਸੀ ਖੱਟਣ ਗਿਆ ਸੀ, ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦੀ ਟੱਚ ਵੇ, ਖੱਟ ਖੱਟ ਕੇ ਲਿਆਂਦੀ ਟੱਚ ਵੇ। ਹਾਂ ਮੈਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ, ਮੈਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ। ਐਦਾਂ ਬੋਲੀ ਆਉਣੀਆਂ। ਫੇਰ ਬੋਲੀ ਆਣੀ ਆ, ਪਾਓ ਪਾਓ। ਬਾਰੀ ਵਰਸੀ ਖੱਟਣ ਗਿਆ ਸੀ, ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦਾ ਵਟਸਐਪ ਵੇ, ਖੱਟ ਖੱਟ ਕੇ ਲਿਆਂਦਾ ਵਟਸਐਪ ਵੇ, ਮੈਨੂੰ ਧੋਖਾ ਦੇਣੀ ਏ ਤੈਨੂੰ ਲੜ ਜੇ ਸੱਪ ਵੇ, ਮੈਨੂੰ ਧੋਖਾ ਦੇਣੀ ਤੈਨੂੰ ਲੜ ਜੇ ਸੱਪ ਨੀ। ਐਦਾਂ ਦੀਆਂ ਬੋਲੀਆਂ ਆਉਣੀਆਂ। ਮੈਂ ਫੇਸਬੁੱਕ ਬਹੁਤ ਚਲਾਉਂਦੀ ਹਾਂ। ਬਿਲਕੁਲ ਚੰਗੀ ਗੱਲ ਆ। ਤੇ ਮੈਂ ਨਾ ਫੇਸਬੁੱਕ ਤੇ ਬੋਲੀ ਪਾਣੀ ਆ। ਪਾਓ ਪਾਓ। ਬਾਰੀ ਵਰਸੀ ਖੱਟਣ ਗਿਆ ਸੀ, ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦੀ ਫੇਸਬੁੱਕ ਵੇ, ਮੈਂ ਟੈਂਪੂ ਚੋਂ ਡਿੱਗ ਪਈ ਬਾਹਰ ਨਿਕਲ ਕੇ ਚੁੱਕ ਵੇ, ਮੈਂ ਟੈਂਪੂ ਚੋਂ ਡਿੱਗ ਪਈ ਬਾਹਰ ਨਿਕਲ ਕੇ। ਤਾਲੀਆਂ ਖਿੱਚ ਕੇ ਵਜਾ ਦਿਆ ਕਰੋ, ਮਾਹੌਲ ਸਾਰਾ ਹੀ ਚੇਂਜ ਹੋ ਜਾਣਾ। ਵੈਸੇ ਮੈਂ ਤੁਹਾਨੂੰ ਦੱਸਾਂ, ਤੁਸੀਂ ਬਹੁਤ ਪੜ੍ਹੇ ਲਿਖੇ ਲੱਗਦੇ ਆ। ਹਾਂ ਹਾਂ ਹੈਗੇ ਆ। ਪਹਿਲਾਂ ਮੈਨੂੰ ਤੁਹਾਡੇ ਆਪਣੇ ਖਾਨਦਾਨ ਤੇ ਚਾਨਣਾ ਪਾਓ। ਮੇਰੇ ਖਾਨਦਾਨ ਤੇ ਹਨੇਰਾ ਹੋਇਆ ਅੱਗੇ? ਦੱਸੋ ਕੀ ਪੁੱਛਣਾ ਖਾਨਦਾਨ ਬਾਰੇ? ਮੇਰਾ ਕਹਿਣ ਦਾ ਮਤਲਬ ਆਪਣੇ ਦਾਦਾ ਜੀ ਦਾ ਨਾਮ ਦੱਸੋ। ਪਹਿਲਾਂ ਮੇਰੇ ਪਿਓ ਦਾ ਤੇ ਪੁੱਛ ਲਾ। ਤੇਰਾ ਪਿਓ ਹੈਗਾ? ਹੈਗਾ, ਹੋਰ ਮੈਂ ਗੂਗਲ ਤੋਂ ਡਾਊਨਲੋਡ ਹੋਇਆ, ਹੈਗਾ ਹੀ ਆ ਪਿਓ ਮੇਰਾ। ਚੱਲ ਇਹਨੂੰ ਛੱਡ ਦੇ, ਮੈਨੂੰ ਇੰਗਲਿਸ਼ ਆਉਂਦੀ ਆ, ਮੈਂ ਤੈਨੂੰ ਦੱਸ ਦਿੰਦਾ, ਮੈਨੂੰ ਐਵੇਂ ਚਵਲ ਨਾ ਸਮਝ, ਮੈਂ ਸਾਰੇ ਮੁਲਕ ਘੁੰਮ ਕੇ ਆਇਆ। ਇੰਗਲਿਸ਼ ਆਉਂਦੀ ਆ? ਚੱਲ ਫਿਰ ਮੈਂ ਕੁਝ ਬੋਲੂਗੀ, ਤੂੰ ਇੰਗਲਿਸ਼ 'ਚ ਜਵਾਬ ਦੇਣਾ। ਮੈਂ ਕਿਹਾ ਦਿੰਨੇ ਜਵਾਬ, ਤੁਸੀਂ ਪੁੱਛੋ। ਮੇਰੇ ਪਹਿਲੇ ਅੱਲਾ ਕਿ ਮੁਝੇ ਇੰਗਲਿਸ਼ ਆਤੀ ਹੈ। ਇਹ ਤਾਂ ਸਿੱਧਾ ਹੀ ਬਣਦਾ, ਇੰਗਲਿਸ਼ ਕਮ ਟੂ ਮੀ ਆਂਦੀ ਆ। ਮੈਂ ਆਮ ਆਦਮੀ ਨਹੀਂ ਹੂੰ, ਆਈ ਐਮ ਨਾਟ ਮੈਂਗੋ ਮੈਨ। ਉਹ ਭਰਾਵਾ ਡਰਾ ਨਾ, ਉਦਾਂ ਚਲੇ ਜਾਂਦੇ ਆ ਸੱਪ ਜੇ ਨਾ ਕੱਢ, ਮੈਨੂੰ ਵੀ ਆਉਂਦਾ ਵਜਾਣਾ ਹੈ। ਮੈਂ ਹਰੀ ਦਵਾਰ ਮੇਂ ਰਹਿਤਾ ਹੂੰ, ਆਈ ਐਮ ਬਿਲੋਂਗ ਟੂ ਗ੍ਰੀਨ ਗੇਟ। ਤਾਲੀਆਂ ਦੇ ਜਿਹੜੇ ਪੜ੍ਹੇ ਲਿਖੇ ਬੈਠੇ ਆ, ਬਾਕੀਆਂ ਨੂੰ ਤਾਂ ਬੋਲੋ ਇੰਗਲਿਸ਼। ਅਗਲਾ ਸੈਂਟੈਂਸ ਹੈ, ਮੈਂ ਉਹ ਕੰਮ ਕੀਤਾ, ਆਈ ਡਨ ਦੈਟ ਵਰਕ, ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ, ਡਨ 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 ਡਨ। ਹੈਲੋ, ਹਾਂ ਤੇਰੀ ਇੰਗਲਿਸ਼ ਮੇਰੇ ਪੱਲੇ ਨਹੀਂ ਪਈ, ਆ ਦੱਸ ਦੂੰਗਾ ਤਾਂ ਫੇਰ ਤੂੰ ਪਾਸ ਹੈਗਾ, ਚਲੋ ਜਿੱਦਾਂ ਮਰਜ਼ੀ। ਮੈਂ ਕਿਹਾ ਤੂੰ ਪੁੱਛ ਕੁੜੀਏ ਪੁੱਛ। ਸੋਹਣੀ ਕੁੜੀ ਹੈ ਜਿੱਦਾਂ ਮੈਂ ਆ। ਅੱਛਾ, ਸੋਹਣੀ ਕੁੜੀ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ? ਬਿੱਟੂ ਬਾਈ ਤੁਹਾਨੂੰ ਪਤਾ, ਸੋਹਣੀ ਕੁੜੀ ਨੂੰ ਅੰਗਰੇਜ਼ੀ 'ਚ ਕਹਿੰਦੇ ਆ ਆਈ ਲਵ ਯੂ, ਪੜ੍ਹੇ ਲਿਖੇ ਕਹਿੰਦੇ ਆਈ ਲਵ ਯੂ, ਪਿੰਡਾਂ ਵਾਲੇ ਕਹਿੰਦੇ ਹਫ਼ਤੇ ਦੀ ਗੁਆਚੀ ਅੱਜ ਤਾਂ ਲੱਭ ਹੀ ਜਾਊ। ਆਪਣਾ ਆਪਣਾ ਸਟਾਈਲ ਆ ਕਹਿੰਦਾ। ਬੇਇੱਜ਼ਤੀ ਨਾ ਕਰਿਆ ਕਰ ਮੇਰੀ, ਤਾਰੀਫ ਕਰਿਆ ਕਰ। ਤਾਰੀਫ ਕਰਾਂ? ਕਰੋ ਕਰਾਂ ਕਰੋ। ਤੇਰੇ ਵਾਲ ਬੜੇ ਸੋਹਣੇ ਆ, ਓਏ ਹੋਏ, ਕਦੇ ਨਹਾ ਵੀ ਲਿਆ ਕਰੋ। ਤਾਰੀਫ ਕਰਾਂ? ਤਾਰੀਫ ਕਰ। ਤੇਰੇ ਦੰਦ ਬੜੇ ਸੋਹਣੇ ਆ। ਅੱਛਾ, ਜੀ ਕਰਦਾ? ਕੀ ਜੀ ਕਰਦਾ? ਮੁੱਕਾ ਮਾਰ ਕੇ ਭੰਨ ਦਿਆਂ। ਤਾਰੀਫ ਹੈ? ਮੈਂ ਆਪੇ ਕਰ ਲਾਂ। ਆਪਣੀ ਤਾਰੀਫ ਆਪ ਕਰੋ ਕਰੋ। ਅੱਖ ਮੇਰੀ ਏ ਹਿਰਨੀ ਵਰਗੀ, ਅੱਖ ਤੇਰੀ ਏ ਹਿਰਨੀ ਵਰਗੀ, ਤੋਰ ਮੇਰੀ ਏ ਮੋਰਨੀ ਵਰਗੀ, ਤੋਰ ਤੇਰੀ ਏ ਮੋਰਨੀ ਵਰਗੀ, ਗੁੱਸਾ ਮੇਰਾ ਏ ਸ਼ੇਰਨੀ ਵਰਗਾ। ਤੇ ਮਰ ਫੇ ਚਿੜੀਆ ਘਰ ਜਾ, ਇੱਥੇ ਕੀ ਕਰਨ ਡਈ ਏ? ਕੰਮ ਤੇਰੇ ਜਾਨਵਰਾਂ ਵਾਲੇ, ਤੁਰੀ ਹੁਸ਼ਿਆਰਪੁਰ ਮੇਲੇ 'ਚ ਫਿਰਦੀ ਆ। ਬਹੁਤ ਗੱਲਾਂ ਆਉਂਦੀਆਂ ਨਾ, ਮੈਂ ਨਾ ਉਹਨੇ ਤੇ ਸ਼ੇਰੋ ਸ਼ਾਇਰੀ ਬੋਲਣ ਲੱਗੀ ਆ। ਕਰੋ, ਬੋਲੋ ਬੋਲੋ, ਕੋਈ ਨਹੀਂ, ਤੂੰ ਉਹਦੀ ਨਾ ਪੰਜਾਬੀ ਬਣਾਣੀ, ਮੈਂ ਹਿੰਦੀ 'ਚ ਸ਼ੇਰ ਬੋਲਣਾ। ਤੂੰ ਹਿੰਦੀ ਸ਼ੇਰ ਬੋਲੇਂਗੀ, ਮੈਂ ਪੰਜਾਬੀ ਬਣਾਉਣੀ ਆ। ਕਰੋ ਸ਼ੁਰੂ ਕਰੋ। ਸੁਣੋ ਫਿਰ, ਭਰੀ ਮਹਿਫਿਲ ਮੇ, ਭਰੀ ਮਹਿਫਿਲ ਮੇ, ਨਾ ਜਾਣੇ ਕਿਸਨੇ ਕਿਸ ਕਿਸ ਕੋ ਕਿਸ ਕੀਆ। ਇਹਦੀ ਪੰਜਾਬੀ ਸਿੱਧੀ ਬਣਦੀ ਆ ਕੀ? ਇੱਕ ਥਾਂ ਤੇ ਬੜੀ ਭੀੜ ਸੀ, ਪਤਾ ਨਹੀਂ ਕੌਣ ਕਿਹਦੀਆਂ ਕਿਹਦੀਆਂ ਚੁੰਮੀਆਂ ਲੈ ਗਿਆ। ਮੈਂ ਨਾ ਤੇਰਾ ਕਤਲ ਕਰ ਦੇਣਾ। ਕਤਲ ਮੇਰਾ ਕਿਉਂ ਕਰ ਦੇਣਾ ਬਈ?
क्योंकि हाँ? मैं कातिल। तू कातिल? मेरी आंखें कातिल। तेरी आंखें कातिल? मेरे गाल कातिल, मेरी आईब्रो कातिल, मेरे गाल पे लगा काला तिल कातिल। मेरी पंजाबी बनाइए। तू खूनी, तेरे डेले खूनी, तू खूनी, तेरे डेले खूनी, तेरे परवट्टे खूनी, तेरिया गल्ला खूनी, गल्ला ते लगा मौका खूनी, ते नाक च पाया होया कोका खूनी। बजा दियो ताली। बन गई फोटू शाह। चल तेरे नाल ता फेर भी मैं मजाक मजूक सहन कर लन्नी आ। आ एक ना ऑटो वाले हुंदे ना, ऑटो रिक्शा वाले, ओ ता पता नहीं उहनां दा दिमाग क्यों इन्ना गर्म रहिंदा आ। ਲੈ ਦੱਸ ਬੀਬੀ, ਹੁਸ਼ਿਆਰਪੁਰ ਤਾਂ ਘੱਟ ਚੱਲਦੇ, ਜਲੰਧਰ ਲੁਧਿਆਣੇ ਅੰਮ੍ਰਿਤਸਰ ਦੇਖੀ ਬਹੁਤ ਆਟੋ ਆ, ਬਹੁਤ ਆਟੋ ਆ। ਹੁਣ ਇਹ ਕਹਿੰਦੀ ਦਿਮਾਗ ਕਿਉਂ ਗਰਮ ਰਹਿੰਦਾ, ਦੱਸੋ ਬੰਦਾ ਇੰਜਣ ਤੇ ਬੈਠਾ ਉਹਦਾ ਸਾਰਾ ਕੁਛ ਹੀ ਗਰਮ ਹੋ ਜਾਂਦਾ, ਦਿਮਾਗ ਕਿਹੜਾ ਪਾਸੇ ਰਹਿ ਗਿਆ। ਮੈਂ ਇੱਕ ਆਟੋ ਵਾਲੇ ਨੂੰ ਪੁੱਛਿਆ, ਮੈਂ ਕਿਹਾ ਬਾਈ ਜਾਣਾ ਕੀ ਕਹਿੰਦਾ? ਕਹਿੰਦਾ ਮਾਮਾ ਜਾਣਾ ਹੀ ਪਿਆ, ਤੂੰ ਹੀ ਰੋਕਿਆ। ਮੈਂ ਕਿਹਾ ਬੱਸ ਅੱਡੇ ਦਾ ਕੀ ਲੈਣਾ? ਕਹਿੰਦਾ ਮੈਂ ਹਲੇ ਵੇਚਣਾ ਹੀ ਨਹੀਂ। ਮੈਂ ਕਿਹਾ ਗੱਲ ਸੁਣ, ਆਟੋ ਖਾਲੀ ਆ? ਕਹਿੰਦਾ ਆਹੋ ਖਾਲੀ ਆ, ਤੂੰ ਵਿੱਚ ਬੰਬ ਰੱਖਣਾ। ਦੱਸੋ ਕੀ ਕਰੀਏ? ਪੋਟੂ ਸ਼ਾਹ ਜੀ, ਇਹ ਤਾਂ ਆਟੋ ਵਾਲਿਆਂ ਦੀ ਗੱਲ ਆ, ਤੁਸੀਂ ਨਾ ਕਿਸੇ ਨਾਲ ਫਾਲਤੂ ਗੱਲ ਨਾ ਕਰਿਆ ਕਰੋ। ਕਿਉਂ? ਹਾਂ, ਤੁਸੀਂ ਆਪਣੇ ਪਾਪਾ ਬਾਰੇ ਦੱਸੋ, ਕਰਦੇ ਕੀ ਆ? ਲੈ ਦੱਸ, ਮੇਰੇ ਨਾਲ ਪੰਗਾ ਨਾ ਲਿਆ ਕਰੋ, ਤੁਹਾਡੀ ਔਕਾਤ ਨਹੀਂ ਹੈਗੀ। ਮੈਂ ਧਿਆਨ ਨਾਲ ਗੱਲ ਕਰੀ, ਅਸੀਂ KFC ਦੇ ਮਾਲਕ ਆ, ਮੇਰਾ ਪਿਓ KFC ਦਾ ਮਾਲਕ ਆ, ਸਮਝ ਆਈ ਤੈਨੂੰ? KFC ਦੇ ਮਾਲਕ? ਗੱਲ ਸੁਣ ਲਓ ਜੀ, ਇਹਨਾਂ ਦਾ ਪਿਓ ਨਾ ਇੱਕ ਰੇੜੀ ਲਾਉਂਦਾ ਆ, ਉਹਦੇ ਉੱਪਰ ਲਿਖਿਆ ਆ ਕਾਲਾ ਫਰੂਟ ਚਾਟ। ਤੇ ਦੇਖ ਲਓ, ਕਾਲਾ ਫਰੂਟ ਚਾਟ ਦੀ ਫੁੱਲ ਫਾਰਮ ਇਹੀ ਬਣਦੀ ਜੀ, KFC KFC ਬਣਦੀ। ਮੈਂ ਝੂਠ ਥੋੜਾ ਬੋਲਦਾ। ਹਾਂਜੀ ਸੂਰੀ ਸਾਹਿਬ, ਕੀ ਹੁਕਮ ਹੈ? ਠੀਕ ਹੈ ਪੋਟੂ ਸ਼ਾਹ ਜੀ, ਮੇਰੀ ਗੱਲ ਸੁਣੋ। ਇਹ ਦਾਦਾ ਜੀ ਤਾਂ ਜਿਉਂਦੇ ਨੇ? ਇਹ ਦਾਦਾ ਜੀ ਸਾਡੇ ਜਿਉਂਦੇ ਆ ਪਾਗਲੇ? ਮੇਰਾ ਦਾਦਾ ਮਰ ਗਿਆ, ਤੂੰ ਅਫਸੋਸ ਕਰਨ ਨਹੀਂ ਆਈ ਤਾਂ ਬਹੁਤ ਮਾੜੀ ਗੱਲ ਹੈ। ਤੂੰ ਮੇਰਾ ਕੰਮ ਕਰ। ਦਾਦਾ ਜੀ ਮਰ ਗਏ ਤੇ ਮੈਂ ਅਫਸੋਸ ਕਰਨ ਨਹੀਂ ਆਈ? ਇੱਥੇ ਕਰ ਅਫਸੋਸ, ਹੁਸ਼ਿਆਰਪੁਰ ਸਾਰੇ ਬੈਠੇ ਕਰ ਅਫਸੋਸ। ਕਰ ਮੈਂ ਪਹਿਲਾਂ, ਮੈਨੂੰ ਰੋ ਤਾਂ ਲੈਣ ਦੇ, ਦਾਦਾ ਮਰਿਆ ਆ, ਵਿਆਹ ਤਾਂ ਨਹੀਂ ਦਾਦੇ ਦਾ। ਸਵੇਰੇ 4 ਵਜੇ ਉੱਠ ਕੇ ਸੈਰ ਕਰਨ ਜਾਂਦੇ ਸੀ। ਅੱਛਾ, ਉਹ ਦਿਨ ਮੈਂ ਠਾਇਆ, ਮੈਂ ਕਿਹਾ ਦਾਦਾ ਜੀ ਉੱਠੋ, ਦਾਦਾ ਜੀ ਉੱਠੋ, ਨਹੀਂ ਉੱਠੇ, ਨਹੀਂ ਉੱਠੇ। ਦੂਜੀ ਵਾਰ ਠਾਇਆ, ਮੈਂ ਕਿਹਾ ਦਾਦਾ ਜੀ ਉੱਠੋ, ਨਹੀਂ ਉੱਠੇ। ਤੀਜੀ ਵਾਰ ਠਾਇਆ, ਦਾਦਾ ਜੀ ਉੱਠੋ, ਨਹੀਂ ਉੱਠੇ, ਉੱਠੇ ਨਹੀਂ ਤੇ ਉੱਠ ਗਏ। ਨਹੀਂ, ਚੌਥੀ ਵਾਰ ਉੱਠ ਪਏ, ਚੌਥੀ ਵਾਰ ਉੱਠ ਪਏ ਸੀ। ਏਦਾਂ ਵੈਣ ਨਾ ਪਾਓ। ਮੈਂ ਤੈਨੂੰ ਅਫਸੋਸ ਕਰਨਾ ਚਾਹੁੰਦਾ ਸੀ ਵੀ ਚਲੋ ਮੇਰਾ ਹਾਨੀ ਸੀਗਾ ਵੀ ਕਿੱਦਾਂ ਮਰ ਗਿਆ ਤੇਰਾ ਦਾਦਾ, ਤੂੰ ਹੋਰ ਹੀ ਕਹਾਣੀਆਂ ਸੁਣਾਉਣ ਡਿਆ ਆ। ਮੈਂ ਤੈਨੂੰ ਦੱਸਾਂ, ਦਾਦਾ ਮੇਰਾ ਨਾ ਦਾਦੀ ਨਾਲ ਲੜ ਪਿਆ। ਅੱਛਾ, ਤੇ ਤੁਹਾਨੂੰ ਤੇ ਪਤਾ ਮੇਰੇ ਦਾਦੇ ਦਾ ਗੁੱਸਾ ਸਨੀ ਦਿਓ ਲੜਗਾ ਸੀ। ਆਹੋ, ਮੈਂ ਆਪ ਦੇਖਿਆ ਕਈ ਵਾਰੀ ਉਹਨੇ ਵਿਹੜੇ ਚੋਂ ਨਲਕਾ ਪੱਟਿਆ। ਮੇਰੀ ਗੱਲ ਸੁਣ ਲਓ ਬਾਬਾ ਜੀ। ਹਾਂ, ਦਾਦਾ ਦਾਦੀ ਨਾਲ ਲੜ ਕੇ ਰਸੋਈ ਚ ਗਿਆ। ਅੱਛਾ, ਅੰਦਰ ਜਾ ਕੇ ਤੇਲ ਪਾ ਲਿਆ ਆਪਣੇ ਤੇ। ਨਹੀਂ ਨਹੀਂ ਸਟੋਪ ਚ, ਕਹਿੰਦਾ ਬੁੜੀ ਨੂੰ ਬੋਲਣ ਦੇ, ਮੈਂ ਤਾਂ ਚਾਹ ਪੀਵਾਂ। ਮੈਨੂੰ ਪੋਟੂ ਸ਼ਾਹ ਜੀ ਦੱਸ ਦੋ, ਤੁਹਾਡੇ ਦਾਦਾ ਜੀ ਮਰੇ ਕਿੱਦਾਂ? ਮੈਂ ਅਫਸੋਸ ਕਰਨ ਆਇਆ, ਤੂੰ ਉਹਨੂੰ ਚਾਹ ਪਿਲਾਉਣ ਡਿਆ ਆ। ਮੈਂ ਦੱਸਦਾ, ਸਾਹ ਲਓ, ਦਾਦਾ ਮਰਿਆ ਕਿੱਦਾਂ? ਆ ਦੱਸ, ਦਾਦਾ ਕਿੱਦਾਂ ਮਰਿਆ? ਫਿਰ ਦਾਦੀ ਨਾਲ ਲੜਾਈ ਹੋਈ, ਦਾਦਾ ਅੰਦਰ ਚਲ ਗਿਆ, ਅੰਦਰ ਲੱਗਾ ਸੀ ਪੱਖਾ, ਛੱਤ ਵਾਲਾ ਪੱਖਾ ਫਾਹਾ ਲੈ ਲਿਆ। ਹਾਏ, ਉਹ ਛੱਤ ਵਾਲਾ ਨਹੀਂ ਸੀਗਾ, ਟੇਬਲ ਫੈਨ ਸੀ, ਤਾਰਾਂ ਸੀਗੀਆਂ ਨੰਗੀਆਂ। ਅੱਛਾ, ਜਿੱਦਾਂ ਹੀ ਦਾਦੇ ਨੇ ਤਾਰਾਂ ਨੂੰ ਹੱਥ ਪਾਇਆ, ਨਾਲ ਹੀ ਚਿੰਬੜ ਗਿਆ। ਭਲਾ ਵੇ, ਕੈਪਟਨ ਸਾਹਿਬ ਦਾ ਬੱਤੀ ਗਈ ਹੋਈ ਸੀ, ਦਾਦਾ ਬਚ ਗਿਆ, ਮੇਰਾ ਮਰਿਆ ਨਹੀਂ। ਤੂੰ ਦਾਦਾ ਬਚਾਉਣ ਡਿਆ, ਮੈਂ ਤੈਨੂੰ ਪੁੱਛਣ ਡਿਆ ਦਾਦਾ ਕਿੱਦਾਂ ਮਰ ਗਿਆ, ਤੂੰ ਕਹਾਣੀਆਂ ਹੋਰ ਸੁਣਾਉਣ ਡਿਆ। ਮੈਂ ਦੱਸਦਾ ਦਾਦਾ ਕਿੱਦਾਂ ਮਰਿਆ। ਹੈ, ਮੈਨੂੰ ਐਵੇਂ ਕਲਪਾਉਣ ਡਿਆ ਜੱਠ? ਦਾਦਾ ਮੇਰਾ ਦੁਪਹਿਰ ਨੂੰ ਬੈਠਾ। ਅੱਛਾ, ਮੈਂ ਕਿਹਾ ਦਾਦਾ ਜੀ ਰੋਟੀ ਖਾ ਲਓ। ਅੱਛਾ, ਨਹੀਂ ਖਾਣੀ, ਨਹੀਂ ਖਾਣੀ। ਮੈਂ ਕਿਹਾ ਦਾਦਾ ਜੀ ਰੋਟੀ ਖਾ ਲਓ, ਨਹੀਂ ਖਾਣੀ। ਮੈਂ ਕਿਹਾ ਕਿਉਂ ਨਹੀਂ ਖਾਣੀ? ਕੀ ਕਹਿੰਦਾ? ਕਹਿੰਦਾ ਭਟੂਰੇ ਮੰਗਾ ਲਓ। ਮੈਂ ਜਿੱਦਾਂ ਭਟੂਰਿਆਂ ਦੀ ਬੁਰਕੀ ਲਿਆ ਕੇ ਦਾਦੇ ਦੇ ਮੂੰਹ ਚ ਪਾਈ, ਪਾਉਂਦੇ ਸਾਰੇ ਰੱਬ ਨੂੰ ਪਿਆਰੇ ਹੋ ਗਏ। ਉਹ ਨਹੀਂ, ਦਾਦਾ ਜੀ ਕਹਿੰਦੇ ਭਟੂਰੇ ਸਵਾਦ ਬੜੇ, ਕੱਲ ਫੇਰ ਲਿਆਈ। ਸਵੇਰੇ ਉੱਠ ਕੇ ਵਾਸ਼ਰੂਮ ਗਿਆ, ਅੱਗੇ ਪਿਆ ਸੀ ਸਾਬਣ, ਤਿਲਕ ਨਾਲ ਸਾਬਣ।
ਦਾਦਾ ਸਾਡਾ ਤਿਲਕ ਕੇ ਸਾਬਣ ਤੋਂ ਸਿੱਧਾ ਹੀ ਕੰਧ ਚ ਵੱਜਿਆ। ਓਏ ਹੋਏ ਹੋਏ ਹੋਏ, ਹੁਣ 70 ਸਾਲ ਦਾ ਬੰਦਾ ਕੰਧ ਚ ਵੱਜੇ ਤੇ ਬਚ ਸਕਦਾ? ਓਏ ਨਹੀਂ ਬਚ ਸਕਦਾ ਕੁੜੀਏ, ਨਹੀਂ ਬਚ ਸਕਦਾ, ਨਹੀਂ ਬਚ ਸਕਦਾ। ਦਾਦਾ ਸਾਡਾ ਬਚ ਗਿਆ ਤੇਰੀ। ਓਏ ਮੈਂ ਤੇਰਾ ਸਿਰ ਪਾੜ ਦੇਣਾ ਆ। ਬਾਪੂ ਜੀ ਤੁਸੀਂ ਕਿਤੇ ਉਹਨੂੰ ਨਾ ਮਾਰ ਦਿਓ, ਇੱਧਰ ਆਓ, ਮੈਂ ਪੁੱਛਦੀ ਆ। ਮੈਨੂੰ ਸੱਚੀ ਦੱਸੋ, ਤੁਹਾਡੇ ਦਾਦਾ ਜੀ ਨਾ ਮਰੇ ਕਿੱਦਾਂ? ਇਹ ਸੱਚ? ਕੁਛ ਵੀ ਨਹੀਂ, ਦਾਦੇ ਦੇ ਇੱਥੇ ਕਿਤੇ ਛਾਤੀ 'ਚ ਦਰਦ ਹੋਈ ਆ। ਸ਼ੁਕਰ ਆ ਪਰਮਾਤਮਾ ਦਾ। ਕੀ ਗੱਲ ਹੋਈ, ਦਰਦ ਹੋਈ ਆ? ਆ ਕੇ ਹਾਰਟ ਅਟੈਕ ਹੋਊ ਮਰੂ ਤੇ ਸਹੀ। ਹੁਣ ਮੰਗਣੀ ਨਹੀਂ ਹੋਈ ਦਾਦੇ ਦੀ, ਦਾਦੇ ਦੇ ਇੱਥੇ ਦਰਦ ਹੋਈ ਆ। ਅੱਛਾ, ਮੈਂ ਐਂਬੂਲੈਂਸ ਨੂੰ ਫੋਨ ਕੀਤਾ, ਚੱਕ ਕੇ ਹਸਪੀਟਲ ਲੈ ਗਏ। ਡਾਕਟਰਾਂ ਨੇ ਦਾਦੇ ਦੀ ਬਾਹ ਫੜ ਕੇ ਕਹਿ ਦਿੱਤਾ ਕਿ ਦਾਦਾ ਜੀ ਹੁਣ ਇਸ ਦੁਨੀਆ 'ਚ ਨਹੀਂ ਰਹੇ। ਨਹੀਂ ਕਹਿੰਦੇ ਲੈ ਜਾਓ, ਬੁੜੇ ਨੂੰ ਗੈਸ ਹੋਈ ਆ। ਉਸ ਤੋਂ ਬਾਅਦ ਸ਼ਰਮ ਨਾ ਮਰਿਆ, ਦਾਦਾ ਮੇਰਾ ਤਾਲੀਆਂ ਵਜਾ ਦਿਓ, ਉਦਾਂ ਠੀਕ ਹੀ ਸੀ। ਓਹੋ, ਮੈਂ ਕਿੱਥੇ ਫਸ ਗਈ? ਸਾਡੇ ਦੋਵਾਂ 'ਚ ਮੇਰੀ ਨੂੰ ਲੱਗਦੀ ਹੈ ਸ਼ਰਮ ਕਰ ਕੁਛ। ਦਾਦਾ ਜੀ ਤੁਸੀਂ ਇੱਧਰ ਆ ਜਾਓ ਨਾ। ਆ ਕੁੜੀ, ਇੱਥੇ ਤੱਕ ਪਿੱਛੇ ਅੱਗ ਲੱਗ ਗਈ, ਅੱਗ ਲੱਗ ਗਈ, ਅੱਗ ਲੱਗ ਗਈ। ਓਏ ਓਏ, ਅੱਗ ਲੱਗ ਗਈ, ਅੱਗ ਲੱਗ ਗਈ, ਅੱਗ ਲੱਗ ਗਈ, ਅੱਗ ਲੱਗ ਗਈ। ਬਾਪੂ ਜੀ ਸ਼ਾਂਤ ਹੋ ਜਾਓ, ਕਿੱਥੇ ਅੱਗ ਲੱਗ ਗਈ? ਅਖਬਾਰ ਨੂੰ ਅੱਗ ਲੱਗ ਗਈ। ਅਖਬਾਰ? ਹਾਂ, ਅਖਬਾਰਾਂ ਤਾਂ ਚੰਗੀਆਂ ਭਰੀਆਂ, ਅਖਬਾਰਾਂ ਨੂੰ ਕਿੱਥੇ ਅੱਗ ਲੱਗ ਗਈ? ਓਏ ਅਖਬਾਰ 'ਚ ਨਹੀਂ ਪੁੱਤਰਾ, ਅਖਬਾਰ 'ਚ ਲੱਗੀਆਂ ਜਿਹੜੀਆਂ ਚੀਜ਼ਾਂ ਨੂੰ ਅੱਗ ਲੱਗ ਗਈ। ਕੀ ਮਤਲਬ? ਘਿਓ ਨੂੰ ਅੱਗ ਲੱਗ ਗਈ, ਖੰਡ ਨੂੰ ਅੱਗ ਲੱਗ ਗਈ, ਆ ਮਿੱਟੀ ਤੇ ਤੇਲ ਤੇ ਪੈਟਰੋਲ ਨੂੰ ਵੀ ਅੱਗ ਲੱਗ ਗਈ ਆ। ਮਿੱਟੀ ਦੇ ਤੇਲ ਤੇ ਪੈਟਰੋਲ ਨੂੰ ਤਾਂ ਅੱਗ ਲੱਗਣੀ ਚਾਹੀਦੀ ਸੀ। ਹੋ ਕਿਉਂ? ਇਹਨੇ ਪਤਾ ਨਹੀਂ ਕਿੰਨੀਆਂ ਬੇਕਸੂਰਤੀਆਂ ਤੇ ਨੂੰਹਾਂ ਨੂੰ ਅੱਗ ਲਾਤੀ, ਇਹਨੂੰ ਤਾਂ ਅੱਗ ਲੱਗਣੀ ਚਾਹੀਦੀ ਸੀ। ਸਹੀ ਗੱਲ ਆ। ਆਪਾਂ ਦੇਖੋ ਕੁੜੀਏ, ਆ ਪੋਟੂ ਸ਼ਾਹ ਉਹ ਮੈਨੂੰ ਗੱਲ ਜ਼ਰੂਰ ਸੁਣਾਉਣੀ ਆ ਕਿ ਉਹ ਧੀਆਂ ਸਮਝਦੇ ਭਾਰ ਨੇ, ਲੋਕੀ ਧੀਆਂ ਨੂੰ ਲੋਕੀ ਭਾਰ ਸਮਝਦੇ ਨੇ, ਪਰ ਇਹ ਸਾਡੀਆਂ ਧੀਆਂ ਨੇ ਜਿਹਨਾਂ ਨੇ ਸਾਡਾ ਨਾਂ ਰੋਸ਼ਨ ਕੀਤਾ ਪੂਰੀ ਦੁਨੀਆਂ 'ਚ। ਤਾਲੀਆਂ ਵਜਾ ਦੇ, ਤਾਲੀਆਂ ਵਜਾਓ ਉਹਨਾਂ ਧੀਆਂ ਦੇ ਨਾਂ ਤੇ ਜਿਹੜੀਆਂ BSF 'ਚ ਭਰਤੀ ਹੋ ਕੇ ਬਾਰਡਰਾਂ ਤੇ ਡਿਊਟੀਆਂ ਕਰਕੇ ਸਾਡੀਆਂ ਜਾਨਾਂ ਦੀਆਂ ਰੱਖਿਆ ਕਰ ਰਹੇ ਆ। ਡਾਕਟਰ ਬਣ ਕੇ, ਨਰਸਾਂ ਬਣ ਕੇ ਧੀਆਂ ਸਾਡੀਆਂ ਜਾਨਾਂ ਬਚਾ ਰਹੀ। ਸਹੀ ਗੱਲ ਆ। ਤੇ ਪੋਟੂ ਸ਼ਾਹ, ਨਨੂ ਜੀ, ਨਾ ਜੀ। ਹਾਂਜੀ ਬਾਬਾ ਜੀ। ਮੈਂ ਕਿਹਾ ਮੈਨੂੰ ਗੱਲ ਤੇਰੀ ਬਹੁਤ ਵਧੀਆ ਲੱਗਦੀ ਹੁੰਦੀ ਕਿ ਉਹ ਧੀਆਂ ਸਮਝਦੇ ਭਾਰ ਨੇ, ਜੰਮਣ ਤੋਂ ਪਹਿਲਾਂ ਹੀ ਦਿੰਦੇ ਮਾਰ ਨੇ ਲੋਕੀ। ਹਾਂ, ਧੀ ਜੰਮਣ ਤੋਂ ਪਹਿਲਾਂ ਜਿਹੜਾ ਧੀਆਂ ਦਾ ਗੱਲ ਘੁੱਟਣਗੇ। ਹਾਂ, ਤੇ ਜੇ ਮੁੰਡਿਆਂ ਨੂੰ ਵਿਆਹ ਵਾਸਤੇ ਕੁੜੀਆਂ ਨਾਲ ਲੱਭੀਆਂ ਤਾਂ ਫਿਰ ਮਾਂ ਪਿਓ ਦਾ ਗੱਲ ਘੁੱਟਣਗੇ। ਤਾਲੀਆਂ ਵਜਾ ਦਿਓ, ਧੀਆਂ ਨੂੰ ਪਿਆਰ ਕਰੋ। ਸਾਡਾ ਜਿਹੜਾ ਨਵਾਂ ਪਲੇ ਆ, ਹੈਲੋ ਬਾਈ ਜੀ, ਕੈਰੀ ਔਨ, ਅਸੀਂ ਹੁਸ਼ਿਆਰਪੁਰ ਵੀ ਕਰ ਰਹੇ ਹਾਂ, ਜਲੰਧਰ ਹੋ ਰਿਹਾ, ਲੁਧਿਆਣਾ, ਅੰਮ੍ਰਿਤਸਰ, ਉਸ ਤੋਂ ਬਾਅਦ ਕਨੇਡਾ, ਅਮੈਰੀਕਾ, ਇੰਗਲੈਂਡ ਅਸੀਂ ਕਰ ਰਹੇ ਹਾਂ। ਉਹ ਤੁਹਾਨੂੰ ਜ਼ਰੂਰ ਹੁਸ਼ਿਆਰਪੁਰ 'ਚ ਪਲੇ ਦਿਖਾਵਾਂਗੇ। ਮੈਂ ਸੂਰੀ ਸਾਹਿਬ ਨਾਲ ਵੀ ਗੱਲ ਕੀਤੀ ਹੈ।